अजकल पंजाब दे विच कतलेआम दीआं घटनावां विच लगातार वाधा दर्ज किया जा रहा है। अजिहा ही एक मामला सामने आया है समराला तो। जी हाँ, जिथे समराला दे विच नशे दे आदि नौजवान की लाश ट्रीटमेंट प्लांट विचों मिलन कारण इलाके च सनसनी का माहौल पैदा हो गया है। उत्थे ही मृतक नौजवान का मोटरसाइकिल उसकी साथी लड़की के घर तो बरामद होया है। इस घटना की जानकारी सामने आने पर मृतक लड़के के परिवार वालों ने नौजवान के कतल का शक जाहिर किया है। इस घटना की जानकारी मिलने पर जिथे पुलिस वालों मौके पर पहुँच की गई है, उत्थे ही पुलिस वालों इस मामले की जाँच भी शुरू कर दी गई है। नशा पता किया एक लड़की सी ना सी पूजा गड़ी आले बंदे को घर वाला ਤੇ ਉਹ ਵੀ ਕੱਲ ਦੀ ਮਤਲਬ ਰਸ਼ਟ ਕਿੰਨੇ ਦਿਨ ਤੋਂ ਲਾਪਤਾ ਸੀਗਾ ਜੀ? 500 ਤੋਂ ਤੁਸੀਂ ਤਲਾਤ ਕੀਤੀ? ਹਾਂਜੀ ਹਾਂਜੀ। ਕੀ ਕਾਰਵਾਈ ਕੀਤੀ? ਕਾਰਵਾਈ ਕੱਲ ਦੀ ਹੋ ਰਹੀ ਹੈ। ਹਾਂਜੀ, ਰਾਤ ਵੀ ਹੁਣ ਅਸੀਂ ਕੱਲ ਦੇ ਗਏ ਸੀ ਚੱਕਰ 'ਚ, ਜਾਂ ਕਮੇਟੀ ਵਾਲੇ ਪਾਣੀ ਕੱਢਦੇ ਆ, ਰਾਤ ਦੇ 2:30 ਵਜੇ ਗਏ ਹਾਂ ਇੱਥੋਂ, ਤਾਂ ਪਾਣੀ ਜਿੱਦਾਂ ਨਿਕਲਿਆ ਉਹਨੇ ਕੱਢਿਆ, ਤਾਂ ਉਸ ਤੋਂ ਬਾਅਦ ਅੱਜ ਜੋ ਕਾਰਵਾਈ ਕੀਤੀ ਆ ਇਹਨਾਂ ਨੇ ਬਾਹਰੋਂ ਖੋਲ ਮਾਰ ਕੇ ਪਾਈਪ ਪਾ ਕੇ ਉਹ ਪਾਣੀ ਕੱਢਣਾ ਸੀਗਾ, ਤਾਂ ਕੁਛ ਇਹਨਾਂ ਨੇ ਆਪਣੇ ਦਿਮਾਗ ਦੇ ਨਾਲ ਕੁੰਡੀਆਂ ਪਾ ਕੇ ਦੇਖੀਆਂ, ਅਤੇ ਉਹ ਜਿਹੜੀ ਡੈੱਡ ਬੋਡੀ ਸੀ ਉਹ ਪਤਾ ਗਈ। ਤੁਸੀਂ ਪਛਾਣ ਕਰ ਲਈ ਡੈੱਡ ਬੋਡੀ? ਪਛਾਣ ਬੋਡੀ ਪਾਪ ਜੇ ਬਾਹਰ ਕੋਈ ਪਛਾਣ ਆ ਗਈ। ਕੀ ਲੱਗਦਾ ਵੀ ਮਰਡਰ ਕੀਤਾ ਗਿਆ ਕਿ ਆਪ ਗਿਰ ਗਿਆ ਕਿ ਨਸ਼ੇ ਦੇ ਆਗੋ? ਇਹ ਕੁਛ ਨਹੀਂ ਸਾਡੇ ਤੇ ਬਾਈ ਮਰਿਆ ਸਾਡੇ ਤੇ ਦੇਖੋ ਬਾਈ। ਹਾਂਜੀ, ਨਾਮ ਦੱਸੋ ਜੀ ਪਹਿਲਾਂ। ਮੈਂ ਲਖਵੀਰ ਸਿੰਘ ਘਰਖਣਾ, ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸਕੱਤਰ। ਕੀ ਮਾਮਲਾ ਜੀ? ਕਿਹੜੀ ਲਾਸ਼ ਮਿਲੀ? ਇਹ ਮਾਮਲਾ ਦੋਸਤ ਅਟਾਣਾ ਰਹਿੰਦੇ ਨੇ, ਇਹ ਸੋਨੀਆ ਉਹਦਾ ਮੁੰਡਾ, ਇਹ ਯਸ਼ ਕਰਨ, ਅਤੇ ਇਹ ਪਰਸੋਂ ਦੀ ਗੱਲ ਹੈ। ਪਰਸੋਂ ਕਿਤੇ ਮੁੰਡਾ ਉਰੇ ਆਇਆ ਹੋਣਾ, ਜਿਹੜੀ ਕੁੜੀ ਪੂਜਾ, ਪੂਜਾ ਦੇ ਕਹਿਣ ਦੇ ਮੁਤਾਬਕ ਇਹ ਗੱਲ ਜੋ ਐਸ ਐਚ ਓ ਸਾਹਿਬ ਦੇ ਸਾਹਮਣੇ ਗੱਲ ਹੋਈ ਆ, ਉਹ ਇਹ ਕਹਿੰਦੀ ਸੀ ਵੀ ਉੱਥੇ ਟ੍ਰੀਟਮੈਂਟ ਆ ਜਿਹੜਾ, ਵੀ ਉੱਥੇ ਅਸੀਂ ਗਏ ਸੀ, ਵੀ ਉਹ ਕਹਿੰਦਾ ਵੀ ਮੇਰਾ ਮੋਬਾਈਲ ਗਿਰ ਗਿਆ, ਵੀ ਮੈਨੂੰ ਕਹਿੰਦਾ ਵੀ ਭੈਣੇ ਵੀ ਮੋਬਾਈਲ ਦਾ ਚਾਨਣਾ ਕਰਕੇ ਵੀ ਮੇਰਾ ਮੋਬਾਈਲ ਕਢਾ ਦੇ। ਕਹਿੰਦੀ ਉਹਦੀ ਬਾਂਹ ਬੂੰਹ ਵੱਜੀ, ਕਹਿੰਦੀ ਵਿੱਚ ਗਿਰ ਗਿਆ ਉਹ। ਕਹਿੰਦੀ ਮੈਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਿਕਲਿਆ ਨਹੀਂ, ਕਹਿੰਦੀ ਜਿਹੜੇ ਬੰਦੇ ਉਹ ਖੜੇ ਦੀ ਕੋਲ, ਕਹਿੰਦੀ ਉਹ ਵੀ ਭੱਜ ਗਏ, ਅਤੇ ਉਸ ਤੋਂ ਬਾਅਦ ਚਲੋ ਉਹਦੇ ਕਹਿਣ ਨਾਲ ਜੋ ਇਹ ਗੱਲ ਮੰਨ ਲੈਂਦੇ ਹਾਂ, ਪਰ ਉਹਦਾ ਕੱਢਣਾ ਫਰਜ਼ ਬਣਦਾ ਸੀ ਪੁਲਿਸ ਪ੍ਰਸ਼ਾਸਨ ਨੂੰ ਦੱਸਦੀ ਉਹ, ਜੇ ਜੋ ਉਹਦੇ ਘਰ ਦੇ ਸੀ ਉਹਨਾਂ ਨਾਲ ਗੱਲਬਾਤ ਕਰਦੀ। ਨੰਬਰ 2 ਜਿਹੜੀ ਗੱਲ ਹੋਈ ਆ, ਜਿਹੜਾ ਉਹ ਮੁੰਡੇ ਦਾ ਮੋਟਰਸਾਈਕਲ ਸੀ ਉਹ ਪੂਜਾ ਦੇ ਘਰੋਂ ਮਿਲਿਆ। ਨਸ਼ਾ ਕਰਨ ਦੇ ਆਦੀ ਸੀ ਇਹ? ਨਸ਼ਾ ਕਰਨ ਦੇ ਆਦੀ ਸੀ ਜੀ। ਹਾਂ, ਦੋਨੇ ਜੀ। ਕੀ ਲੱਗਦਾ ਵੀ ਤੁਹਾਨੂੰ ਇੱਥੇ ਨਸ਼ਾ ਕਰਨ ਆਏ ਸੀ? ਇੱਥੇ ਨਸ਼ਾ ਕਰਨ ਆਏ ਤੇ ਜੀ, ਇਹਦੇ ਵਿੱਚ ਮੈਂ ਪ੍ਰਸ਼ਾਸਨ ਦੀ ਵੀ ਗਲਤੀ ਕਹਿਣਾ, ਜੋ ਇਹ ਟ੍ਰੀਟਮੈਂਟ ਬਣਿਆ ਹੋਇਆ ਇਹ ਆਲੇ ਦੁਆਲੇ ਬੰਦ ਕਿਉਂ ਨਹੀਂ ਕੀਤਾ ਗਿਆ? ਇਹ ਬੰਦ ਵੀ ਹੋਣਾ ਚਾਹੀਦਾ। ਹੁਣ ਇੱਥੇ ਤਾਂ ਜਿਹੜਾ ਮਰਜ਼ੀ ਨਸ਼ੇ ਵਾਲੇ ਤਾਂ ਸਾਰੇ ਉਰੇ ਆਉਂਦੇ ਨੇ, ਇਹ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਹੋਣਾ ਚਾਹੀਦਾ ਜੀ। ਜਸ ਕਰਨ ਦੀ ਉਮਰ ਕਿੰਨੀ ਸੀ? ਇਹਦੀ 22-23 ਸਾਲ ਦੀ ਜੀ। ਹੁਣ ਕਿੱਥੇ ਰਹਿੰਦਾ ਸੀ? ਅਟਾਣਾ ਪਿੰਡ ਰਹਿੰਦਾ ਸੀ? ਇਹ ਹਾਂ ਜੀ, ਅਟਾਣਾ ਰਹਿੰਦੇ ਸੀ। ਫਾਦਰ ਦਾ ਨਾਮ ਪਤਾ ਜੀ ਕੁਛ? ਫਾਦਰ ਦਾ ਨਹੀਂ ਪਤਾ ਜੀ, ਫਾਦਰ ਦੀ ਡੈਥ ਹੋਈ ਹੋਈ ਹੈ ਜੀ। ਸਰ, ਲਾਸ਼ ਬਰਾਮਦ ਹੋਈ ਹੈ ਜੀ, ਕੀ ਹੈਗਾ ਜੀ ਮਾਮਲਾ ਕੁਛ? ਹਾਂ, ਜਸਕਰਨ ਸਿੰਘ ਦੀ ਲਾਸ਼ ਹੈ ਇਹ, ਅਟਾਣਾ ਪਿੰਡ ਦਾ ਰਹਿਣ ਵਾਲਾ ਇਹ। ਇਹਦੇ ਸੰਬੰਧ 'ਚ ਇਹਦੀ ਮਾਤਾ ਨੇ ਸਾਨੂੰ ਵਰਬਲੀ ਤੌਰ 'ਤੇ ਦੱਸਿਆ ਸੀ ਕਿ ਮੇਰਾ ਮੁੰਡਾ ਨਹੀਂ ਮਿਲ ਰਿਹਾ, ਜਿਹਦੇ ਸੰਬੰਧ 'ਚ ਅੱਜ ਇਹਦੀ ਬੋਡੀ ਮਿਲੀ ਆ, ਅਤੇ ਇਹਨਾਂ ਦੇ ਬਿਆਨ ਲਿਖ ਕੇ ਅਗਲੀ ਕਾਰਵਾਈ ਅਮਲ 'ਚ ਲੈਂਦੀ ਜਾ ਰਹੀ ਹੈ। ਕੋਈ ਲੜਕੀ ਹੋਣ ਦਾ ਵੀ ਹੈਗਾ ਜੀ? ਕੋਈ ਹਾਲੇ ਕੁਛ ਨਹੀਂ ਕਹਿ ਸਕਦੇ, ਹਾਲੇ ਇਹਨਾਂ ਦੇ ਬਿਆਨ ਲਿਖਣੇ ਨੇ, ਬਿਆਨ ਤੋਂ ਬਾਅਦ ਕਲੀਅਰ ਹੋਊਗੀ ਕੀ ਗੱਲ ਹੈ।